440ਵਾਂ ਵਰੇਗੰਢ ਹੈ ਅੰਮ੍ਰਿਤਸਰ ਪਵਿੱਤਰ ਨਗਰੀ ਦੀ। ਇੱਥੇ ਬਿਸ਼ਪਸ ਵੱਲੋਂ ਨੁਮਾਇੰਦੇ ਆ ਰਹੇ ਨੇ, ਮੁਸਲਿਮ ਭਾਈਚਾਰੇ 'ਚੋਂ ਨੁਮਾਇੰਦੇ ਆ ਰਹੇ ਨੇ, ਹਿੰਦੂ ਭਾਈਚਾਰੇ 'ਚੋਂ ਨੁਮਾਇੰਦੇ ਆ ਰਹੇ ਨੇ, ਔਰ ਸਭ ਅਸੀਂ ਇਕੱਠੇ ਹੋ ਕੇ ਇੱਥੇ ਗੁਰੂ ਦੇ ਦੁਆਰ ਹਰਿਮੰਦਰ ਸਾਹਿਬ ਦੇ ਬਾਹਰ ਖੜ੍ਹੇ ਹਾਂ ਅਸੀਂ ਅਕਾਲ ਤਖਤ ਗੇਟ 'ਤੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਭ ਦਾ ਭਲਾ। ਦਾਸ ਦਾ ਤਾਂ ਬਹੁਤ ਮਨ ਬਣਦਾ ਇਹਨਾਂ ਨਾਲ ਸਲਾਹ ਕਰਕੇ ਇੱਕ ਲਹਿਰ ਜੀ ਚੱਲ ਪਵੇ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਮੇਰਾ ਆਪਣਾ ਘਰ ਹੈ। ਇਸ ਤਰ੍ਹਾਂ ਦੀ ਕੋਈ ਲਹਿਰ ਚੱਲੇ ਕਿ ਹਰ ਘਰ ਤੱਕ ਸੁਣਿਆ ਪਹੁੰਚੇ ਵੀ ਇਹ ਮੇਰਾ ਆਪਣਾ ਘਰ ਹੈ ਅੰਮ੍ਰਿਤਸਰ ਸ਼ਹਿਰ, ਇਹਨੂੰ ਮੈਂ ਕਿਵੇਂ ਹੋਰ ਹਰਿਆਵਲ ਅਤੇ ਸੁੰਦਰਤਾ 'ਚ ਲਿਜਾਉਣਾ। ਜੋ ਸਾਫ਼ ਸਫਾਈ ਕਾ ਧਿਆਨ, ਜੋ ਪਰਿਆਵਰਣ ਕਾ ਧਿਆਨ ਰੱਖਣਾ ਹੈ, ਔਰ ਜੋ ਲੋਕੋ ਮੇਂ ਇਹ ਭਾਵਨਾ ਸਦਭਾਵਨਾ ਜਾਗ੍ਰਿਤ ਕਰਨੀ ਹੈ ਕਿ ਜੋ ਇਨਵਾਇਰਮੈਂਟ ਹੈ ਇਹ ਭਗਵਾਨ ਸੇ ਜੁੜਾ ਹੁਆ ਹੈ, ਇਸਕੋ ਦੂਸ਼ਿਤ ਨਹੀਂ ਕਰਨਾ। ਔਰ ਸਾਡੀ ਸਾਰਿਆਂ ਦਾ ਇੱਕੋ ਹੀ ਟੀਚਾ ਹੋਣਾ ਚਾਹੀਦਾ ਹੈ ਕਿ ਅਸੀਂ ਮਿਲ ਕੇ ਆਪਣੇ ਸ਼ਹਿਰ ਨੂੰ ਹੋਰ ਵੀ ਸੋਹਣਾ ਬਣਾਈਏ। ਸਫਾਈ ਦੇ ਨਾਲ ਨਾਲ ਆਪਣੇ ਮਨ ਦੀ ਸਫਾਈ ਦੀ ਵੀ ਲੋੜ ਹੈ, ਆਪਣੇ ਸੋਚ ਦੀ ਸਫਾਈ ਦੀ ਵੀ ਲੋੜ ਹੈ। ਅਸੀਂ ਸਿਰਫ ਜਿਹੜੇ ਬਹੁਤ ਪੈਸੇ ਵਾਲੇ ਜਾਂ ਪਾਵਰ ਵਾਲੇ ਲੋਕ ਨੇ ਉਹਨਾਂ ਨੂੰ ਮਹੱਤਤਾ ਦਿੰਦੇ ਹਾਂ, ਕਿਰਤੀਆਂ ਨੂੰ ਨਹੀਂ ਦਿੰਦੇ, ਜਦੋਂ ਕਿ ਸਾਰੀ ਦੁਨੀਆ ਕਿਰਤੀਆਂ ਦੇ ਉੱਤੇ ਡਿਪੈਂਡ ਕਰਦੀ। ਸਾਨੂੰ ਕਿਰਤੀਆਂ ਦੀ, ਚਾਹੇ ਉਹ ਘੁਮਿਆਰ ਹੋਣ, ਚਾਹੇ ਉਹ ਤਰਖਾਣ ਹੋਣ, ਚਾਹੇ ਉਹ ਮਿਸਤਰੀ ਹੋਣ, ਚਾਹੇ ਉਹ ਜੁੱਤੀਆਂ ਬਣਾਉਣ ਵਾਲੇ ਹੋਣ, ਸਾਨੂੰ ਸਿਰ ਮੱਥੇ 'ਤੇ ਹੋਣੇ ਚਾਹੀਦੇ ਆ ਔਰ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ। ਚਾਰ ਸੌ ਚਾਲੀਵੇਂ ਅੰਮ੍ਰਿਤਸਰ ਦੇ ਸਥਾਪਨਾ ਦਿਵਸ ਲਈ ਜਿਹੜੀ ਆਪ ਸਭ ਇਹ ਮਾਰਚ ਦੇਖ ਰਹੇ ਹੋ, ਪੈਦਲ ਯਾਤਰਾ, ਸਰਵ ਧਰਮ ਸਾਰੇ ਧਾਰਮਿਕ ਆਗੂ ਸਾਡੇ ਨਾਲ ਈਕੋ ਸਿੱਖ ਦੀ ਆਵਾਜ਼ 'ਤੇ ਇਕੱਠੇ ਹੋਏ ਨੇ, ਕੇਵਲ ਅਤੇ ਕੇਵਲ ਗੁਰੂ ਰਾਮਦਾਸ ਜੀ ਦੀ ਜਿਹੜੀ ਨਗਰੀ ਹੈ ਉਹਦੀ ਸੁਰੱਖਿਆ ਲਈ, ਪਾਣੀ ਦੀ ਸਵੱਛਤਾ, ਪਾਣੀ ਦਾ ਬਚਾਅ, ਕੂੜੇ ਦੀ ਸੰਭਾਲ ਅਤੇ ਇੱਥੋਂ ਦੀ ਜਿਹੜੀ ਗ੍ਰੀਨ ਟਰਾਂਸਪੋਰਟ ਨੂੰ ਅੱਗੇ ਕਰਨ ਵਾਸਤੇ, ਆਲ ਦਿਸ ਇਜ਼ ਨੀਡਿਡ। ਇਹ ਸਾਰੀ ਇਕੱਤਰਤਾ ਇੱਕ ਜਗਾਉਣ ਦਾ ਤਰੀਕਾ ਹੈ। ਗਰੀਬ ਬੱਚੇ ਇੱਕ ਇਨੀਸ਼ੀਏਟਿਵ ਲੈ ਰਹੇ ਨੇ, ਐਜ਼ ਯੂ ਕੈਨ ਸੀ ਚਿਲਡਰਨ ਆਰ ਸੇਇੰਗ ਦੈਟ ਦੇ ਆਰ ਰਿਸਪੋਨਸਿਬਲ ਸਿਟੀਜ਼ਨਸ ਐਂਡ ਦੇ ਲਵ ਦੇਅਰ ਮਦਰ ਅਰਥ, ਅਤੇ ਉਹ ਟ੍ਰੀਜ਼ ਵੀ ਪਲਾਂਟ ਕਰਦੇ ਨੇ, ਆਪਣੇ ਘਰਾਂ 'ਚ ਪਾਣੀ ਵੀ ਵੇਸਟ ਨਾ ਹੋਵੇ ਇਹਦਾ ਵੀ ਧਿਆਨ ਰੱਖਦੇ ਨੇ। ਮੈਂ ਬਹੁਤ ਹੀ ਮੁਬਾਰਕਬਾਦ ਦੇਣਾ ਔਰਗਨਾਈਜੇਸ਼ਨ ਨੂੰ ਕਿ ਉਹਨਾਂ ਨੇ ਐਡਾ ਸੋਹਣਾ ਅੱਜ ਦਿਨ ਪ੍ਰੋਗਰਾਮ ਰੱਖਿਆ, ਸਾਰੇ ਮਜ਼ਹਬ ਦੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਪਰਿਆਵਰਣ, ਸਫਾਈ ਉਹਦੇ ਨਾਲ ਨਾਲ ਇੱਕ ਭਾਈਚਾਰੇ ਅਤੇ ਮੁਹੱਬਤ ਦਾ ਸੰਦੇਸ਼ ਦਿੱਤਾ। ਸਰਕਾਰਾਂ ਪੋਲਿਸੀਆਂ ਉਹ ਕੰਮ ਕਰਦੀਆਂ ਹੁੰਦੀਆਂ ਜੋ ਸਿਟੀਜ਼ਨ ਜ਼ਿਆਦਾ ਸਿਟੀਜ਼ਨ ਜੋ ਮੈਜੋਰਿਟੀ ਚਾਹੁੰਦੀ ਹੈ, ਸਾਰੀ ਟਿਲਟ ਉਸ ਪਾਸੇ ਨੂੰ ਹੋ ਜਾਂਦੀ ਹੈ। ਸਾਨੂੰ ਆਵਾਜ਼ ਬੁਲੰਦ ਕਰਨ ਦੀ ਜ਼ਰੂਰਤ ਹੈ, ਰੌਲਾ ਪਾਉਣ ਦੀ ਜ਼ਰੂਰਤ ਨਹੀਂ, ਸਹੀ ਢੰਗ ਦੇ ਨਾਲ ਕੰਮ ਕਰਕੇ ਇੰਪ੍ਰੈਸ ਕਰਨ ਦੀ ਜ਼ਰੂਰਤ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਉਮੀਦ ਕਰਦਾ ਕਿ ਤੁਹਾਡੀਆਂ ਐਫਰਟਸ ਦੇ ਨਾਲ ਅਸੀਂ ਇਸ ਕਾਮਯਾਬੀ ਹਾਸਲ ਕਰਾਂਗੇ। ਥੈਂਕ ਯੂ।